ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਪਿਆਰੋ, ਅਸੀਂ ਨਾ ਛਿਆਟਾ ਸਾਹਿਬ ਦਰਸ਼ਨ ਕਰਨ ਵਾਸਤੇ ਗਏ ਤੇ ਬਜ਼ੁਰਗ ਉੱਥੇ ਨਾ ਭਾਰ ਤੁਲਣ ਵਾਲੀ ਮਸ਼ੀਨ ਲੈ ਕੇ ਬੈਠੇ ਸੀ। 5 ਰੁਪਏ ਲੈਂਦੇ ਸੀ ਜੇ ਕਿਸੇ ਨੇ ਭਾਰ ਤੁਲਣਾ ਹੋਵੇ। ਸੋ ਬਜ਼ੁਰਗ ਸੀ, ਲੋੜਵੰਦ ਸੀ, ਸਾਨੂੰ ਲੱਗਾ ਵੀ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ। ਅਸੀਂ ਭਾਰ ਤੋਲਿਆ ਅਤੇ ਜਿੰਨੀ ਕੁ ਗੁਰੂ ਸਾਹਿਬ ਨੇ ਕਿਰਪਾ ਕਰਕੇ ਸੇਵਾ ਕਰਾਈ ਅਤੇ ਉਹ ਕਰਨ ਦੀ ਕੋਸ਼ਿਸ਼ ਕੀਤੀ। ਵੀਡੀਓ ਪਾਉਣ ਦਾ ਮੇਰਾ ਇਹ ਭਾਵ ਹੈ ਕਿ ਅਸੀਂ ਕਿਤੇ ਆਉਂਦੇ ਜਾਂਦੇ ਇਹੋ ਜਿਹੇ ਗੁਰਸਿੱਖਾਂ ਨੂੰ ਵੇਖੀਏ ਜਿਹੜੇ ਲੋੜਵੰਦ ਲੱਗਦੇ ਨੇ, ਜਿੰਨਾ ਵੀ ਹੋ ਸਕੇ ਅਸੀਂ ਉਹਦੀ ਮਦਦ ਕਰ ਸਕੀਏ, ਜਿਸ ਤਰ੍ਹਾਂ ਕਿ ਨਿਰਵੈਰ ਵੀਰ ਜਿਹੜਾ ਉਹ ਮਦਦ ਕਰਦਾ। ਸੋ ਸਾਡਾ ਵੀ ਇਹ ਫਰਜ਼ ਬਣਦਾ ਕਿ ਅਸੀਂ ਵੀ ਜਿੰਨੀ ਵੀ ਹੋ ਸਕੇ ਥੋੜ੍ਹੇ 'ਚੋਂ ਥੋੜ੍ਹੀ, ਬਹੁਤੇ 'ਚੋਂ ਬਹੁਤੀ ਆਪਣਿਆਂ ਦੀ ਮਦਦ ਕਰਿਆ ਕਰੀਏ ਜਿਹੜੇ ਲੋੜਵੰਦ ਨੇ। ਆ ਲਓ ਜੀ 10 ਰੁਪਏ, ਠੀਕ ਹੈ ਜੀ? ਨਹੀਂ ਨਹੀਂ ਠੀਕ ਹੈ, ਤੁਹਾਡੇ ਵਾਸਤੇ ਹੀ ਹੈ।